ਕੋਈ ਸਾਡਾ ਸਾਡਾ ਮਹਾਰਾਣੀ ਪ੍ਰੀਤ ਦਾ ਕੋਈ ਵਿਰੋਧ ਨਹੀਂ ਹੈਗਾ, ਸਾਡਾ ਬੀਜੇਪੀ ਪਾਰਟੀ ਨਾਲ ਵਿਰੋਧ ਹੈ। ਮਹਾਰਾਣੀ ਪਨੀ ਦਾ ਕਾਂਗਰਸ ਕੋਲ ਲੜਦੀ ਹੈ, ਕਿਸਾਨ ਮੋਰਚੇ ਨੇ ਫੈਸਲਾ ਦਿੱਤਾ ਕਿਸ ਮਰਜ਼ੀ ਦਾ ਵੋਟ ਪਾ ਦਿਓ ਪਰ ਬੀਜੇਪੀ ਨੂੰ ਵੋਟ ਨਹੀਂ ਪਾਉਣੀ। ਅਸੀਂ ਬੀਜੇਪੀ ਦੇ ਵਿਰੋਧ 'ਚ ਹਾਂ, ਅਸੀਂ ਕਿਸੇ ਵਿਸ਼ੇਸ਼ ਵਿਅਕਤੀ ਦੇ ਵਿਰੋਧ 'ਚ ਨਹੀਂ। ਹਰ ਇੱਕ ਪਾਰਟੀ ਨੇ ਆਪਣਾ, ਉਹਨਾਂ ਨੇ ਪਹਿਲੇ ਮੈਨੀਫੈਸਟੋ ਕਰਤਾ, ਪਰ ਉਹਨਾਂ ਨੇ ਆਪਣਾ ਜੋ ਕੈਂਡੀਡੇਟ ਹੈ ਪਟਿਆਲੇ ਤੋਂ ਉਹ ਹਾਲੇ ਨਹੀਂ ਦੱਸਿਆ। ਸੋ ਇੱਕ ਵਾਰੀ ਬਿਊਗਲ ਵੱਜ ਜਾਂਦਾ ਤਾਂ ਸਾਰੀਆਂ ਪਾਰਟੀਆਂ ਆਪਣੇ ਆਪਣੇ ਦਾਇਰੇ ਦੇ ਉੱਤੇ ਚੱਲ ਕੇ ਜ਼ਰੂਰ ਤਿਆਰੀ ਕਰਦੀਆਂ ਨੇ। ਕਾਂਗਰਸ ਪਾਰਟੀ ਦਾ ਮੈਡਮ ਜੋ ਕੈਂਡੀਡੇਟ ਐਲਾਨਿਆ ਗਿਆ ਜੀ, ਤੁਹਾਡੇ ਨਾਲ ਪਹਿਲਾਂ ਵੀ ਉਹਦੀ ਮਤਲਬ ਚੋਣ ਹੋ ਚੁੱਕਿਆ ਜੀ, ਐਲਾਨਿਆ ਗਿਆ ਹੁਣੇ ਹੁਣ ਇਸ ਪਾਰਟੀ ਚ ਆਈ ਹੈ ਤਾਂ ਮੈਨੂੰ ਉਮੀਦ ਹੈ ਕਿ ਹਰ ਵਰਗ ਹਰ ਵਾਰੀ ਵਰਗਾ ਇੱਥੋਂ ਮੈਂ ਹਾਰੀ ਹਾਂ, ਐਤਕੀ ਮੈਂ ਜਿੱਤੂੰਗੀ। ਬਿਕੋਜ਼ ਇਹ ਪਾਰਟੀ ਦਾ ਕਿਰਦਾਰ ਬਹੁਤ ਵਧੀਆ, ਇੱਥੇ ਬੀਜੇਪੀ ਪਾਰਟੀ ਨੂੰ ਵੋਟਾਂ ਪੈਂਦੀਆਂ ਸੀ। ਬੀਜੇਪੀ ਦਾ ਹਰ ਪੱਧਰ ਤੇ ਵਿਰੋਧ ਹੋ ਰਿਹਾ, ਹੁਣ ਵੀ ਬਾਹਰ ਕਿਸਾਨ ਆ ਕੇ ਜਿੰਦਾਬਾਦ ਮੁਰਦਾਬਾਦ ਕਰੇ, ਕਿੱਦਾਂ ਪਿੰਡਾਂ 'ਚ ਜਾਓਗੇ ਤੁਸੀਂ? ਜ਼ਰੂਰ ਜਾਵਾਂਗੇ ਜਿੰਨਾ ਮਰਜ਼ੀ। ਦੇਖੋ ਜਦ ਰਣਨੀਤੀ 'ਚ ਆਈਦਾ ਤਾਂ ਹਰੇਕ ਦਾ ਹੱਕ ਬਣਦਾ ਕਿ ਉਹ ਆਪਣੀ ਹੱਕ ਰੱਖਣ, ਬਾਕੀ ਜੋ ਇਲੈਕਟਰਡ ਜੋ ਵੋਟਰਸ ਨੇ ਵੋਟ ਪਾਉਣੀ ਹੈ ਉਹ ਆਪਣੇ ਆਪ ਪਾਉਣ, ਜਿਸ ਨੂੰ ਮਰਜ਼ੀ ਪਾਉਣ, ਸਾਡਾ ਹੱਕ ਬਣਦਾ। ਜ਼ੀਰਕਪੁਰ ਨੂੰ ਸ਼ਹਿਰੀ ਨੂੰ ਛੱਡ ਕੇ ਡੇਰਾਬਸੀ ਤੇ ਲਾਲੂ ਟਿਪੀਕਲ ਮਤਲਬ ਇੱਕ ਕਿਸਾਨੀ ਬੈਲਟ ਹੈ, ਇਹਨਾਂ ਦਾ ਮਤਲਬ ਇੱਕ ਮੈਸੇਜ ਹੈ ਕਿ ਬੀਜੇਪੀ ਦੇ ਹਮੇਸ਼ਾ ਖਿਲਾਫ ਹੈ। ਤੇ ਹੁਣ ਆਪਾਂ ਬੀਜੇਪੀ 'ਚ ਹਾਂ, ਹੁਣ ਇਹਨੂੰ ਆਪਾਂ ਕਿਵੇਂ ਮਤਲਬ ਕਿ ਇੱਕ MSP ਇਹਨੂੰ ਤੁਸੀਂ ਕਿਵੇਂ ਲੈ ਕੇ ਜਾਓਗੇ ਸੰਸਦ 'ਚ? ਦੇਖੋ ਪੰਜਾਬ 'ਚ ਦੇਖੋ ਇਹ MSP ਕਿਸਾਨਾਂ ਦੇ ਹਰ ਵਕਤ ਮੈਨੇ ਬੋਲਿਆ, ਸੁਨੀਲ ਜੀ ਨੇ ਵੀ ਬੋਲਿਆ, ਮਹਾਰਾਜ ਸਾਹਿਬ ਨੇ ਵੀ ਬੋਲਿਆ ਕਿ ਕਿਸਾਨ ਦੇ ਜਿਹੜੇ ਜਾਇਜ਼ ਹੱਕ ਨੇ ਜਿਸ ਤਰ੍ਹਾਂ ਉਹ ਮੰਗ ਰਹੇ ਨੇ ਅਸੀਂ ਨਾਲ ਜਾਵਾਂਗੇ। ਸਾਡੇ ਇਹ ਪੰਜਾਬ ਦੇ ਪਰਿਵਾਰ ਦੇ ਮੈਂਬਰ ਨੇ, ਠੀਕ ਹੈ ਮਤਭੇਦ ਹੋ ਸਕਦੀ ਹੈ ਪੋਲੀਟਿਕਲੀ, ਪਰ ਹੱਕਾਂ ਦੇ ਉੱਤੇ ਜਦ ਕੋਈ ਕਿਸੇ ਨੇ ਜਾਣਾ ਹੋਵੇ ਅਸੀਂ ਵੀ ਉਹਨਾਂ ਦਾ ਮਦਦ ਕਰਾਂਗੇ। ਜੇ ਸੋਸ਼ਲ ਮੀਡੀਆ ਦੀ ਗੱਲ ਕਰੀਏ ਮੈਡਮ, ਸੋਸ਼ਲ ਮੀਡੀਆ 'ਤੇ ਕਾਫੀ ਵਿਰੋਧ ਹੋ ਰਿਹਾ ਤੁਹਾਡਾ, ਕਾਫੀ ਗਰੁੱਪਾਂ 'ਚ ਮੈਸੇਜ ਪੈ ਰਹੇ ਇਹਨਾਂ ਦੇ ਪਿੰਡਾਂ 'ਚ ਆਉਣ ਨਹੀਂ ਦੇਣਾ, ਜਾਣਾ ਦੇ ਮੈਸੇਜ ਨਹੀਂ ਵਾਇਰਲ ਹੋਣ ਦੇਣੇ, ਕਿੱਦਾਂ ਤੁਸੀਂ ਕਿੱਦਾਂ ਇਲੈਕਸ਼ਨ ਲੜੋਗੇ? ਦੇਖੋ ਸ਼ੁਰੂਆਤ ਹੈ, ਅਸੀਂ ਪੂਰੀ ਤਰ੍ਹਾਂ ਇਲੈਕਸ਼ਨ ਲੜਾਂਗੇ ਔਰ ਅੱਛੀ ਤਰ੍ਹਾਂ ਬਾਹਰ ਨਿਕਲਾਂਗੇ। ਮੈਡਮ ਜੀ ਉਹ ਵੀ ਵਿਰੋਧ ਹੋ ਰਿਹਾ ਵੀ ਤੁਸੀਂ, ਹਾਂਜੀ ਉਹ ਵੀ ਵਿਰੋਧ ਹੋ ਰਿਹਾ ਜੀ ਵੀ ਜਦੋਂ ਵੋਟਾਂ ਆਉਂਦੀਆਂ ਜੀ 6 ਮਹੀਨੇ ਮਹਾਰਾਣੀ ਆ ਜਾਂਦੀ ਜੀ, ਪਹਿਲਾਂ 4.5 ਸਾਲ ਲਾਉਂਦੀ ਜੀ। ਅੱਛਾ ਚਲੋ ਹੁਣ ਤਾਂ ਬਹੁਤ ਕੁਛ ਕਿਹਾ ਜਾਊਗਾ, ਉਹਨੂੰ ਫੇਸ ਵੀ ਕਰਾਂਗੇ, ਕਈ ਲੋਕ ਖੁਸ਼ ਨੇ ਕਈ ਨਹੀਂ ਖੁਸ਼, ਅੰਤ ਦੇ ਵਿੱਚ ਲੋਕਾਂ ਨੇ ਵੋਟਾਂ ਪਾਉਣੀਆਂ ਨੇ ਉਹ ਪਾ ਕੇ ਦੱਸ ਦੇਣਗੇ। ਮੈਡਮ ਤੁਸੀਂ 20-25 ਸਾਲ ਕਾਂਗਰਸ ਮਤਲਬ ਐਜ਼ ਏ MP ਰਹੇ ਤੁਸੀਂ, ਹੁਣ 2 ਸਾਲ ਤੋਂ ਤੁਸੀਂ BJP, ਕਿੰਨਾ ਕੁ ਬਦਲਾਵ ਦੇ ਰਹੇ ਹੋ, ਕੀ ਲੋਕ ਐਕਸੈਪਟ ਕਰਨਗੇ ਐਜ਼ ਏ BJP ਤੋਂ? ਦੇਖੋ ਇਹ ਇਲੈਕਸ਼ਨਾਂ ਦੱਸ ਦੇਣਗੀਆਂ, ਪਰ ਜਿਸ ਤਰ੍ਹਾਂ ਜਿੱਥੇ ਮੈਂ ਵਿਚਰ ਰਹੀ ਹਾਂ ਮੈਨੂੰ ਵਧੀਆ ਤਰੀਕੇ ਨਾਲ ਐਕਸੈਪਟ ਕਰਦੇ ਨੇ, ਔਰ ਜਿਨ੍ਹਾਂ ਨੇ ਨਹੀਂ ਐਕਸੈਪਟ ਕਰਨਾ ਉਹ ਆਪਣੀ ਪਾਰਟੀ ਦੇ ਦੌਰੇ 'ਚ ਨਾ ਕਰਨ, ਇਹ ਤਾਂ ਹੁਣ ਆਪਣਾ ਆਪਣਾ ਹੈਗਾ। ਇੱਦਾਂ ਲੱਗ ਰਿਹਾ ਕਿ ਹਲਕਾ ਡੇਰਾਬਸੀ ਤੁਹਾਡੇ ਕੋਈ ਫੁੱਟ ਵੀ ਆਪਸ 'ਚ BJP ਦੇ ਸਾਹਮਣੇ ਆ ਰਹੀ ਹੈ? ਕੋਈ ਨਹੀਂ ਆ ਰਹੀ, ਹੁਣੇ BJP ਦੇ ਸਾਰੇ ਕਾਰਿਆਕਰਤਾ ਦੀ ਮੀਟਿੰਗ ਹੋਈ ਹੈ, ਹੁਣ ਹੌਲੀ ਹੌਲੀ ਇੱਕ ਦੂਜੇ ਦੇ ਨਾਲ ਰੂਬਰੂ ਹੋ ਰਹੇ ਹਾਂ, ਆਪਣੇ ਪਟਿਆਲੇ ਦੇ ਹੋ ਗਏ ਨੇ, ਕੱਲ੍ਹ ਮੈਂ ਸ਼ਤਰਾਣੇ ਜਾ ਰਹੀ ਹਾਂ, ਇਸ ਤਰ੍ਹਾਂ ਜਾ ਕੇ ਹਰ ਇੱਕ ਹਲਕੇ ਦੇ ਵਿੱਚ
ਬੀਜੇਪੀ ਦੇ ਜਿਹੜੇ ਕਾਰਿਆਕਰਤਾ ਉਹਨਾਂ ਦੇ ਨਾਲ ਮਿਲ ਰਹੇ ਹਾਂ, ਜੁਲ ਰਹੇ ਹਾਂ, ਔਰ ਮੇਰੇ ਖਿਆਲ 'ਚ ਬਹੁਤ ਵਧੀਆ ਰਿਸਪੋਂਸ ਆ ਰਿਹਾ। ਮੋਦੀ ਸਾਹਿਬ ਦੀ ਕੋਈ ਰੈਲੀ ਵੀ ਹੋਏਗੀ ਜੀ ਤੁਹਾਡੇ ਹਲਕੇ? ਇਹ ਮੈਂ ਕਹਿ ਨਹੀਂ ਸਕਦੀ, ਕਰਾਵਾਂਗੇ ਪਰ ਉਹ ਉਹਨਾਂ ਦੇ ਉੱਤੇ ਹੈ। ਹਾਂਜੀ।